हाँ जी ਕਿਦਾਂ ਸਾਰੇ ਕੀ ਹਾਲ ਚਾਲ ਆ ਹੋਪਸ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਦਾ ਵਾਈਨਸ ਅੱਜ ਦੀ ਵੀਡੀਓ ਦਾ ਟੌਪਿਕ ਤੁਹਾਨੂੰ ਪਤਾ ਹੀ ਹੈ ਨੀ ਟੂ ਮਟਰਾਂ ਵਾਲਾ ਗਟਰਾਂ ਵਾਲਾ ਸ਼ਟਰਾਂ ਵਾਲਾ ਜਿਹੜਾ ਮਰਜ਼ੀ ਵਾਲਾ ਪਰ ਮੈਨੂੰ ਲੱਗਦਾ ਉਹ ਫੁੱਦੂ ਵਾਲਾ ਔਰ ਮੈਂ ਤੁਹਾਨੂੰ ਪਿਆਰ ਨਾਲ ਕਹਿਣਾ ਇੱਕ ਕਰਨ ਦੱਤਾ ਦੋਨਾਂ ਨੂੰ ਮੈਂ ਪਿਆਰ ਨਾਲ ਕਹਿੰਦਾ ਬੰਦੇ ਬਣ ਜਾਓ ਬੰਦੇ ਉਹ ਟੈਨਸ਼ਨ ਨਾਲ ਹੈ ਮੈਂ ਬੰਦਾ ਬਣ ਗਿਆ ਹੁਣ ਤੂੰ ਜਨਾਨੀ ਬਣ ਜਾ ਤੇ ਆ ਤੇਰੀ ਮਨਾਵਾ ਸੁਹਾਗਰਾ ਪੂਰੀ ਵੀਡੀਓ ਦੇ ਵਿੱਚ ਅਰੇ ਪਤੰਦਰਿਆ ਜ਼ਿਲ੍ਹਾ ਜਲੰਧਰ खाने अलग अलग तरह के फूड मिलते हैं पर तुम कि बहुत तरह की वरायटियां चवलों की देखनी हो यूट्यूब खोलिया करो उ लिखा करो कि हाँ रोस्ट वीडियो उर्गे बंद की वीडियो आओगी जितने अं अलग अलग चवलों दिखाने कि चवल पाई जाए सो एक जिहदा नाम अपनी उम्र च या अपनी दुनिया च वो अपने आप बहुत मशहूर समझता पर उन्हें नहीं पता कि उसके ऊपर हंसते हैं लोग सो जिला दी धड़कन कुड़ियां दे चहेता मिस्टर नीटू गडरा वाला उन्होंने वीडियो बनाती कि साढ़े ते साढ़े ते मीनस मेरे ते एंड अमन औजला भाई ते दोनों ने वीडियो बनाई चलो कोई चक्कर नहीं पर भाई दे एलीगेशन ओए होए 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 आओ तुहानू वीडियो लेके जाने आ मैं गाने भी कर रहा सिंगर भी हाँ मैं सारा कुछ भी हाँ प्यार सदका तुसी बनाया सारा कुछ तुसी बनाया तुसी ही असली पापा इस चेहरे के हकदार हो तो मैं थोड़ा वीर थोड़ा नीटू शटर वाला ओ ओके ओके मैं लगा कहने लगे तुम असली पापा क्योंकि सारा कुछ तो क्रेडिट सानू देता तू अपने तो कुछ रखे नहीं यू आर सो काइंड हार्टेड परसन मिस्टर नीटू गडर वाला बट सॉरी तुम तो नाम चेंज कर लिया नीटू मूसे वाला इस तो बारे बाद गल करता पहला वीडियो तैयार अमन औजला ते करण दत्ता इन्हों दोनों ने बड़ा आतंक मचाया आतंक मचाया मैं लगता अतवादी अच्छे तो मैं शर्ट भी सोनी पाई कि मैं शायद माड़ा मोटा सोना लगा बाल बूल कटा के आतंक मचाया मैं की तेरे घरे आ गए तेरी ढूई च गोली मारती की किया मैं तेना देखो पैसे मगे मैं कि केड़ा आतंक मचाया आतंक मचाया तेन आया गंद खाव अपनी पे फिर कहूंगा यू आर वेरी हैंडसम एंड मजेदार आतंकवादी दत्ता मुंडा है वह नशेड़ी एक सिरे का करण दत्ता कहता बहुत नशेड़ी है अमन औजला निरा पखंड मैंने यह नहीं समझ आया कि असं सारे बकवास यही जैनुअन वा जैनुअन आ बंदा तू एकदम जैनुअन आ पता की बकवास बंद कर कुत्तिया हरामदिया खनजीरा लांतिया दलिया बगैरता जैनुअन हरामदिया प्योर हरामदिया ओरिजिनल हरामदिया जिहड़ा करण दत्ता मुंडा है वह नशेड़ी और अमन औजला ਉਹ ਤੇ ਨਿਰਾ ਪਖੰਡ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਕਿਸੇ ਦੇ ਕੈਰੈਕਟਰ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚਦੇ ਵੀ ਨਹੀਂ ਹੈਗੇ ਕਿ ਹਾਂ ਉਹਨੂੰ ਕਹਿਣ ਕੀ ਲੱਗਿਆ ਜਾਂ ਉਹਦੀ ਲੋਕਾਂ 'ਚ ਇਮੇਜ ਕੀ ਬਣ ਗਈ ਕਿਉਂਕਿ ਘਰ ਦੇ ਵੀ ਵੀਡੀਓ ਦੇਖ ਲੈਂਦੇ ਹੁੰਦੇ ਆ ਉਹਨਾਂ ਨੂੰ ਤਾਂ ਅੱਗੇ ਸ਼ੱਕ ਕਿ ਹਾਂ ਸਾਰੀ ਦਿਹਾੜੀ ਕਮਰੇ 'ਚ ਪਿਆ ਰਹਿੰਦਾ ਕੋਈ ਨਸ਼ਾ ਤਾਂ ਨਹੀਂ ਕਰਦਾ ਉਹ ਨਹੀਂ ਨਸ਼ੇੜੀ ਮੈਂ ਭਰਾ ਤੂੰ ਮੈਨੂੰ ਕੀ ਦੇਖ ਲਿਆ ਖਾਂਦੇ ਪੀਂਦੇ 'ਚ ਕੀ ਆ ਪੈਗ ਪੁਗ ਲਾ ਲਈ ਤਾਂ ਉਹ ਨਸ਼ੇੜੀ 'ਚ ਨਹੀਂ ਆਉਂਦਾ ਮੈਨੂੰ ਇਹ ਨਹੀਂ ਸਮਝ ਆਇਆ ਇਹਨੂੰ ਮੈਂ ਕਿਸ ਪਾਸੋਂ ਨਸ਼ੇੜੀ ਲੱਗਦਾ ਕੀ ਮੈਂ ਤੇਰੇ ਕੋਲ ਦਾਰੂ ਖਰੀਦ ਕੇ ਲੈ ਜਾਂਦਾ ਕੀ ਮੈਂ ਤੇਰੇ ਕੋਲ ਕੋਈ ਨਸ਼ਾ ਖਰੀਦਦਾ ਹਾਂ ਜਾਂ ਮੈਂ ਵੇਚਦਾ ਫੜੇਗਾ ਜਾਂ ਮੇਰੇ ਬਾਰੇ ਖਬਰ ਛਪੀ ਹੋਵੇ ਬਸ ਡਾਰਕ ਸਰਕਲ ਦੇਖ ਰਹੀ ਨਸ਼ੇੜੀ ਹੁਣ ਮੈਂ ਕੀ ਕਰਾਂ ਮਮਾ ਅਰਥ ਵਾਲੇ ਨਾ ਬਾਹ ਵਾਲੇ ਕੋਈ ਸਪਾਂਸਰ ਦਿੰਦਾ ਨਹੀਂ ਪਿਆ ਮੈਨੂੰ ਤਾਂ ਮੈਂ ਪ੍ਰੋਡਕਟ ਕਿੱਥੋਂ ਲਈ ਜਾਵਾਂ ਮੈਂ ਵੇਲਾ ਹੈ ਨਹੀਂ ਕਿ ਪੈਸੇ ਲਾਵਾਂ ਆਪਣੇ ਬੜਾ ਹਰਾਮੀ ਹੋ ਬੇਟਾ ਸਪਾਂਸਰ ਦੇ ਨਾਲ ਹੀ ਕੰਮ ਚੱਲੂ ਉਹਦੇ ਨਾਲ ਲੱਗਦਾ ਜਾਣੇ ਇਹ ਪਰ ਨਸ਼ੇੜੀ ਆਪਣੀ ਸ਼ਕਲ ਦੇਖਦੇ ਭਰਾ ਉਹ ਮੈਨੂੰ ਕਹਾ ਪੂਰਾ ਟੋਨ ਹੋ ਗਿਆ ਵੀਡੀਓ ਬਣਾਉਣ ਦਾ ਤੇ ਨਸ਼ੇੜੀ ਮੈਨੂੰ ਕਹਿ ਰਿਹਾ ਹਰ ਕਿਸੇ ਰੋਸ ਵੀਡੀਓ ਬਣਾਉਂਦਾ ਮੈਂ ਇਹਨੂੰ ਇੱਕ ਵਾਰੀ ਖੁੱਲਾ ਸੱਦਾ ਦੇਣਾ ਚਾਹੁੰਦਾ ਮੇਰੇ ਨਾਲ ਆ ਕੇ ਨਾ ਨਹੀਂ ਤੇ ਆਮਣਾ ਸਾਹਮਣਾ ਕਰ ਲਾ ਜਾਂ ਤੂੰ ਤੂੰ ਮੇਰੇ ਨਾਲ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਾਂ ਕਿਸੇ ਵੀ ਮਤਲਬ ਕਿ ਇੰਸਟਾਗ੍ਰਾਮ ਦੇ ਉੱਤੇ ਲਾਈਵ ਹੋ ਕੇ ਮੇਰੇ ਨਾਲ ਗੱਲ ਕਰ ਲਵੇਂ ਵਾਹ ਵਟਸਐਪ ਨੇ ਨਵਾਂ ਫੀਚਰ ਵੀ ਕੱਢਤਾ ਕਿ ਹਾਂ ਵਟਸਐਪ ਤੇ ਹੁਣ ਲਾਈਵ ਵੀ ਹੋ ਸਕਦਾ ਲਾਈਵ ਹੋ ਕੇ ਕਿਹਨੂੰ ਦਿਖਾਣਾ ਘਰਦਿਆਂ ਨੂੰ ਕਿ ਹਾਂ ਵੀ ਆਰ ਲਾਈਵ ਉਹ ਵਟਸਐਪ ਤੇ ਇਹੀ ਜਗ੍ਹਾ ਜਿੱਥੇ ਪੂਰਾ ਡੱਬਰ ਬਲੌਕ ਕਰਕੇ ਰੱਖੀਦਾ ਤੇ ਤੇਰੇ ਕਿਹੜੇ ਭਾਪੇ ਨੇ ਉੱਥੇ ਲਾਈਵ ਵਾਲਾ ਆਪਸ਼ਨ ਲਿਆਤਾ ਕਿ ਹਾਂ ਵਟਸਐਪ ਤੇ ਹੁਣ ਲਾਈਵ ਵੀ ਹੋ ਸਕਦੇ ਆ ਨਸ਼ਾ ਘੱਟ ਕਰਿਆ ਕਰ ਜਰਾਬਾ ਸੌਂ ਕੇ ਲੋਕਾਂ ਦੀਆਂ ਨਸ਼ਾ ਕਰਨ ਵਾਲਿਆ ਇਹ ਵਰਗੇ ਬੰਦੇ ਨਾ ਰੱਬ ਦੇ ਘਰੇ ਜ਼ਰੂਰ ਜਾਂਦੇ ਆ ਪਰ ਉੱਥੇ ਕੰਮ ਕਰਨ ਜਾਂ ਮੱਥਾ ਟੇਕਣ ਨਹੀਂ ਜਾਂਦੇ ਉੱਥੇ ਜਾ ਕੇ ਨਾ ਜੋੜਾ ਕਰ ਜਾਂਦੇ ਜਿਹੜੀਆਂ ਜਰਾਬਾ ਹੁੰਦੀਆਂ ਸਾਰੀਆਂ ਸੌਂ ਸੌਂ ਇੰਨਾ ਨਸ਼ਾ ਕਰ ਲੈਂਦੇ ਕਿ ਹਾਂ ਫਿਰ ਇਹਨਾਂ ਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਕੈਮਰਾ ਰੱਖੋ ਭੌਂਕੀ ਜਾਓ ਤੁਸੀਂ ਸੋਚਦੇ ਹੋਣੇ ਕਿ ਆਹ ਵੀਡੀਓ ਕਿਉਂ ਆਈ ਕੁਝ ਦਿਨ ਪਹਿਲਾਂ ਨੀਟੂ ਮਟਰਾ ਸ਼ਟਰਾ ਗਡਰਾ ਜੋ ਵੀ ਆ ਇਹਨੇ ਇੱਕ ਵੀਡੀਓ ਪਾਈ ਸਾਡੇ ਤੇ ਮੇਰੇ ਤੇ ਅਮਨ ਔਜਲਾ ਬਾਈ ਤੇ ਕਿ ਹਾਂ ਅਤਵਾਦੀ ਆ ਆਤੰਕ ਮਚਾਇਆ ਰੋਸਟਰ ਨੇ ਗੰਦ ਪਾਇਆ ਐਦਾਂ ਕਰਕੇ ਕਿ ਬੈਠਾ ਆ ਲੋਕਾਂ ਦੇ ਸਾਬਣ ਸਲੋ ਹੁੰਦੇ ਇਹਦਾ ਸਾਬਣ ਫੁੱਦੂ ਹੀ ਆ ਜਾਵਾਂ ਕਿਉਂਕਿ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਹਾਂ ਅਸੀਂ 1 ਸਾਲ 1.5 ਸਾਲ ਤੋਂ ਪਹਿਲਾਂ ਮੈਂ ਵੀਡੀਓ ਬਣਾ ਰਿਹਾ ਐਂਡ 4-5 ਸਾਲ ਤੋਂ ਪਲੱਸ ਅਮਨ ਔਜਲਾ ਵੀਡੀਓ ਬਣਾ ਰਿਹਾ ਬਾਈ ਕਿ ਹਾਂ ਅਸੀਂ ਦੋਨੋਂ ਇੰਨੇ ਪੁਰਾਣੇ ਤੋਂ ਵੀਡੀਓ ਬਣਾ ਰਹੇ ਉਦੋਂ ਇਹਨੇ ਕੁਝ ਨਹੀਂ ਕਿਹਾ ਪਤਾ ਨਹੀਂ ਹੁਣ ਕਿੱਥੋਂ ਵਿਚਾਰੇ ਦੇ ਵਿਊ ਘਟੇ ਫੇਮ ਘਟਿਆ ਕੁਝ ਘਟਿਆ ਤੇ ਉਸ ਚੀਜ਼ ਦੇ ਵਿੱਚ ਆ ਕੇ ਵਿਚਾਰਾ ਲੱਗਾ ਹੋਇਆ ਕਿ ਹਾਂ
ਵੀਡੀਓ ਬਣਾਉਣ ਦਿਆ ਕਿ ਹਾਂ ਚਲੋ ਆਪਾਂ ਦੱਸੀਏ ਕਿ ਇਹਨਾਂ ਦੀ ਸੱਚਾਈ ਆ ਜਾ ਫੇ ਤੂੰ ਇੱਕ ਕੁੜੀ ਨੂੰ ਪੀਬੀਆਈ ਨਹੀਂ ਤਾਂ ਕੱਤੀ ਨੂੰ ਕਿਹਨੂੰ ਪੀਬੀਆਈ ਨਹੀਂ ਤਾਂ ਕੱਤੀ ਨੂੰ ਪੀਬੀਆਈ ਨਹੀਂ ਤਾਂ ਕੱਤੀ ਕੌਣ ਆ ਨਿਕੀ ਤਾਂ ਪੀਬੀ ਕੱਤੀ ਸੁਣੀ ਸੀ ਪੀਬੀਆਈ ਨਹੀਂ ਤਾਂ ਕੱਤੀ ਪੀਬੀਆਈ ਨਹੀਂ ਤਾਂ ਕੱਤੀ ਕਰਤੀ ਭੈਣ ਚ ਵੀਡੀਓ ਜੀ ਟੱਟੀ ਇਹਨੇ ਪੀਬੀਆਈ ਨਹੀਂ ਕੀਤਾ ਇੰਨਾ ਦੁਖੀ ਕੀਤਾ ਇੰਨਾ ਪਰੇਸ਼ਾਨ ਕੀਤਾ ਉਹਦੇ ਵੱਲ ਰੋਸ ਵੀਡੀਓ ਬਣਾਈ ਜਾਂਦੇ ਹਾਂ ਨਕਲੀ ਭੈਣ ਦਾ ਨਕਲੀ ਭਰਾ ਬਾਹਰ ਆ ਗਿਆ ਸਿੰਪਥੀ ਕਾਰਡ ਲੈ ਕੇ ਕਿ ਹਾਂ ਆਪਨੇ ਮੇਰੀ ਦੀਦੀ ਕੋਈ ਬੋਲਾ ਤਾਂ ਬੋਲਾ ਕੈਸੇ ਮਾਮਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਹੁਣ ਫੇਰ ਕਹਿੰਦਾ ਤੇਰਾ ਸਾਹਮਣੇ ਸੱਚੀ ਫੁੱਦੂ ਆ ਸਲੋ ਵੀ ਹੈ ਨੀਗਾ ਇੱਕ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਉੱਪਰ ਦੱਸਿਆ ਸੀਗਾ ਕਿ ਹਾਂ ਜੋ ਕੁਛ ਜਾ ਕੇ ਉਹ ਕਰ ਰਹੀਆਂ ਸੀ ਉੱਥੇ ਜਾਂ ਬਾਕੀ ਵਲੌਗਰ ਜੋ ਕੁਛ ਜਾ ਕੇ ਕਿਸੇ ਦੀ ਡੈਥ ਹੋਈ ਉੱਥੇ ਜਾ ਕੇ ਆਪਣਾ ਕੰਮ ਕਰ ਰਹੇ ਸੀਗੇ ਆਪਣੇ ਵਲੌਗ ਜਾਂ ਆਪਣੇ ਪੈਸੇ ਵੱਟ ਰਹੇ ਸੀ ਉਹਨਾਂ ਚੀਜ਼ਾਂ ਦੀ ਉਹਨਾਂ ਦੀ ਜਿਹੜੀ ਗਲਤੀਆਂ ਸੀਗੀਆਂ ਉਹ ਅੱਗੇ ਲੈ ਕੇ ਆਏ ਤੇ ਉਹਨਾਂ 'ਚ ਬਦਨਾਮ ਕਰਨਾ ਹੁੰਦਾ ਜੋ ਸਾਰੀ ਦੁਨੀਆ ਨੇ ਦੇਖਿਆ ਉਸ ਚੀਜ਼ ਨੂੰ ਅਸੀਂ ਐਕਸਪਲੇਨ ਕਰਕੇ ਦੱਸਿਆ ਐਂਡ ਇਹ ਚੀਜ਼ ਕੀ ਹੁਣ ਦਿਨ ਮਹੀਨੇ ਬਾਅਦ ਆਏਗੀ ਹਾਂ ਮੇਰੀ ਭੈਣ ਨੂੰ ਕੁਛ ਕਿਹਾ ਸੀ ਮਹੀਨੇ ਇਹ 4 ਮਿੰਟ ਦੀ ਵੀਡੀਓ ਤੋਂ ਸਕ੍ਰਿਪਟ ਬਣਾਈ ਹੈ ਮਾਮਾ ਇੱਕ ਮਹੀਨਾ ਬਹਿ ਕੇ ਕਿ ਹਾਂ 4-5 ਮਿੰਟ ਦੀ ਵੀਡੀਓ ਪਾਤੀ ਹੈ ਕਿਸੇ ਤੇ ਬਣਾਈ ਜਾਂਦੇ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਪੈਦਾ ਇਦਾਂ ਦੀ ਗੱਲ ਨਾ ਕਰੋ ਮੈਂ ਵੱਡੇ ਵੱਡੇ ਕਲਾਕਾਰ ਚਾਹਾਂ ਨਾ ਖੂੰਜੇ ਲਾ ਦਵਾਂ ਖੂੰਜੇ ਲਾ ਕੇ ਤੂੰ ਕਰਨਾ ਕੀ ਮੈਨੂੰ ਇਹ ਦੱਸ ਕਿਹੜੇ ਤੇਰੇ ਐਸੇ ਸ਼ੌਂਕ ਬਣੇ ਪਏ ਕਿ ਜਿਹੜੇ ਤੂੰ ਖੂੰਜੇ ਜਾਣਾ ਚਾਹੁੰਦਾ ਹੈ ਮੇਰੀ ਸਿੰਪਲ ਜੀ ਗੱਲ ਸੁਣ ਕਿ ਹਾਂ ਕਿਹੜੇ ਕਲਾਕਾਰ ਤੂੰ ਖੂੰਜੇ ਲਾਏ ਕਿਹੜੇ ਨਹੀਂ ਲਾਏ ਮੈਨੂੰ ਨਹੀਂ ਪਤਾ ਕਹਿੰਦਾ ਕਿ ਹਾਂ ਤੁਹਾਨੂੰ ਕੋਈ ਰੋਕਣ ਵਾਲਾ ਹੈ ਨਹੀਂ ਜਿਹੜਾ ਤੂੰ ਸਪੀਡ ਬ੍ਰੇਕਰ ਬੰਨਾ ਭੱਜ ਅਸੀਂ ਤਾਂ ਫੇਰ ਢੀਡ ਦੇ ਢੀਡ ਅਸੀਂ ਜਿਹੜਾ ਰਾਹ ਤੇ ਸਪੀਡ ਬ੍ਰੇਕਰ ਬਣ ਜਾਂਦਾ ਉਹ ਚ ਨਹੀਂ ਸਿੱਧਾ ਲੰਘਦਾ ਉਹ ਚ ਵੀ ਸਾਈਡ ਤੋਂ ਗੱਡੀ ਕੱਢ ਲੈਂਦੇ ਆ ਤੂੰ ਤਾਂ ਫੇਰ ਮਿੱਧਿਆ ਜਾਏਂਗਾ ਯਾਰ ਮੈਂ 1 ਸੈਕਿੰਡ ਤੇ ਅੱਖਾਂ 'ਚ ਝਬਕਦੇ ਗਾਣਾ ਬਣਾ ਦਿੰਦਾ ਕਿ ਤੁਸੀਂ ਲਿਖਣ ਨੂੰ ਤੁਹਾਡੀ ਕਲਮ ਹੈ ਚੱਲਣ ਨੂੰ ਟਾਈਮ ਲੱਗਣੀ ਹੈ ਮੇਰੀ ਕਲਮ ਚੱਲਣ ਨੂੰ ਬਿਲਕੁਲ ਟਾਈਮ ਲੱਗਣਾ ਮੇਰਾ ਦਿਮਾਗ ਚੱਲਣ ਕੇ ਟਾਈਮ ਨਹੀਂ ਲੈਂਦਾ ਤੇਰੀ ਕਲਮ ਚੱਲਣ ਨੂੰ ਟਾਈਮ ਲੱਗੇ ਨਾ ਲੱਗੇ ਉਹਦਾ ਨਹੀਂ ਪਤਾ ਪਰ ਤੇਰਾ ਦਿਮਾਗ ਚੱਲਣਾ ਬਿਲਕੁਲ ਹੀ ਬੰਦ ਹੋ ਗਿਆ ਜਦੋਂ ਉਹਦੀ ਵੋਟਾਂ ਹਾਰ ਚੁੱਕਾ ਤੂੰ ਇੱਥੋਂ ਹਿਸਾਬ ਲਾ ਲੈ ਕਿ ਤੇਰੀ ਕਿੰਨੀ ਇੱਜ਼ਤ ਹੈਗੀ ਆ ਕਿ ਤੇਰੇ ਘਰ ਦੇ 5 ਜੀ ਆ ਉਹਨਾਂ 'ਚੋਂ 2 ਵੋਟਾਂ ਪਈਆਂ ਤਿੰਨ ਬੰਦਿਆਂ ਨੇ ਫੇਰ ਕਿਸੇ ਹੋਰ ਨੂੰ ਪਾਤੀ ਤੇ ਤੂੰ ਸਾਨੂੰ ਕਹਿਣ ਡਿਆ ਕਿ ਹਾਂ ਜੀ ਅਸੀਂ ਮੈਂ ਸਪੀਡ ਬ੍ਰੇਕਰ ਬਣ ਜੂ ਤੁਹਾਨੂੰ ਮੈਂ ਰੋਕ ਦੂੰ ਤੁਹਾਡਾ ਇਹ ਕਰ ਦੂੰ ਉਹ ਕਰ ਦੂੰ ਯਾਰ ਕੀ ਕਰਨਾ ਤੂੰ ਬ੍ਰੋ ਤੈਨੂੰ ਨਾ ਉਹੀ ਹੋਗਾ ਕਿ ਹਾਂ ਮਾਨ ਨਾ ਮਾਨ ਮੈਂ ਤੇਰੇ ਮਾਂ ਤੇਰੇ ਬਾਰੇ ਕੋਈ ਇਹਨੇ ਕੁਝ ਬੋਲਿਆ ਨਹੀਂ ਤਾਂ ਅੱਜ ਤੱਕ ਮੇਰੇ ਚੈਨਲ ਤੇ ਦੀ ਕੋਈ ਗੱਲ ਹੋਈ ਆ ਇਵਨ ਕਮੈਂਟਾਂ 'ਚ ਵੀ ਤੇਰੇ ਵੇਲੇ ਕਾਮੇਡੀ ਕਮੈਂਟ ਕਰਦੇ ਤਾਂ ਹੁੰਦੇ ਕਿ ਹਾਂ ਕਿ ਹੱਸ ਹੁੱਸੇ ਵਾਲਾ ਕਿ ਹਾਂ ਮਜ਼ਾਕ ਕਰਤਾ ਚੱਲ ਠੀਕ ਹੈ ਸ਼ੁਗਰ ਮੇਲਾ ਲੱਗਾ ਰਹਿੰਦਾ ਉਹ 'ਚ ਵੀ ਤੇਰੇ ਕੁਝ ਗਲਤ ਨਹੀਂ ਕਿਹਾ ਅੱਜ ਕੱਲ੍ਹ ਛਾਲਾ ਮਾਰਦਾ ਵੀ ਨੀਟੂ ਸ਼ਟਰਾਂ ਵਾਲਾ ਕੀ ਹੈ ਜਾਂ ਹਰਮਨ ਚੀਮਾ ਕੀ ਹੈ ਜਾਂ ਚੁੰਮੇ ਵਾਲੀ ਕੀ ਹੈ ਭਾਬੀ ਜਾਂ ਕੈਂਡੀ ਕੀ ਹੈ ਜਾਂ ਕਾਲੀ ਅਗਦੇਵਾ ਕੀ ਹੈ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਬੰਦੇ ਬਣ ਜਾਓ ਨੀਟੂ ਸ਼ਟਰਾਂ ਵਾਲਾ ਕੀ ਹੈ ਫੁੱਦੂ ਕਾਲੀ ਐਕਟਿਵਾ ਉਹ ਜਿਹੜਾ ਇੱਕ ਯਾਦ ਹੈ ਟਿਕਟੋਕ ਚੱਲਿਆ ਸੀ ਮੇਰੀ ਕਾਲੀ ਐਕਟਿਵਾ ਮੁੰਡਾ ਜਿਹੜਾ ਬਾਲ ਜਿਹਾ ਲਾ ਕੇ ਘੁੰਮਦਾ ਫਿਰਦਾ ਕਿ ਹਾਂ ਬਹੁਤ ਬਣਦਾ ਜੀ ਉਹ ਉਹਦਾ ਨਾਮ ਲਿਆ ਕੈਂਡੀ ਨੂੰ ਮੈਨੂੰ ਪਤਾ ਨਹੀਂ ਕਿਉਂ ਤੂੰ ਨਾਮ ਲਿਆ ਕੈਂਡੀ ਤੁਹਾਡੀ ਕੈਟਾਗਰੀ 'ਚ ਨਹੀਂ ਆਉਂਦਾ ਕੈਂਡੀ ਬੰਦਾ ਵਧੀਆ ਭਰਾਵਾ ਉਹ ਕ੍ਰੀਏਟਰ ਆ ਉਹ ਫਨੀ ਵੀਡੀਓਜ਼ ਬਣਾਉਂਦਾ ਚਲੋ 1-2 ਤੁਹਾਨੂੰ ਵੀਡੀਓਜ਼ ਬਣਾਈਆਂ ਉਹ ਤੁਹਾਨੂੰ ਉਹਨੇ ਆਪਣੇ ਕੰਟੈਂਟ 'ਚ ਲਿਆ ਉਹ ਗੱਲ ਵੱਖਰੀ ਹੋ ਗਈ ਉਸ ਤੋਂ ਬਾਅਦ ਕਹਿੰਦਾ ਉਹ ਚੁੰਮੇ ਵਾਲੀ ਭਾਬੀ ਵਾਹ ਕਿਆ ਨਾਮ ਬਣਾ ਰਿਹਾ ਬੰਦੇ ਨੇ ਫੁਕਰੀ ਵੀ ਮਾਰਨੀ ਨਾਮ ਤੋਂ ਵੀ ਵਧੀਆ ਲੱਗ ਲੈਂਦਾ ਉਹ 'ਚ ਵੀ ਚੁੰਮੇ ਵਾਲੀ ਭਾਬੀ ਕਾਲੀ ਐਕਟਿਵਾ ਨੀਟੂ ਸ਼ਟਰ ਵਾਲਾ ਹਰਮਨ ਚੀਮਾ ਹਰਮਨ ਚੀਮਾ ਦਾ ਬੂਥ ਆ ਜਿੱਥੇ ਮਰਜ਼ੀ ਲਾ ਦਿਓ ਭਰਾ ਉਹ ਫਿੱਟ ਹੀ ਹੋ ਜਾਂਦਾ ਉਹ ਉਹਨੂੰ ਵੀ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਅਗਲਾ ਫੇਰ ਵੀ ਬਾਹਰ ਜਾ ਕੇ ਸ਼ੋਅ ਲਾਉਣ ਡਿਆ ਕੁਛ ਕਰਦਾ ਚੁੰਮੇ ਵਾਲੀ ਭਾਬੀ ਦੇ ਵਿਆਹ 'ਚ ਕਾਲੀ ਐਕਟਿਵ ਦੀ ਧਮਕੀ ਕਰਾਉਣ ਡਿਆ ਕਿ ਹਾਂ ਮੈਨੂੰ ਉਹ ਜਾਣਦੇ ਆ ਵਾਹ ਔਰ ਮੈਂ ਬਹੁਤ ਵੱਡਾ ਅੱਗੇ ਜਾਣਾ ਚਾਹੁੰਦਾ ਮੇਰੇ ਨਾਲ ਬੜੀ ਲੋਕੀ ਕੰਟਰੋਵਰਸੀ ਕਰਦੇ ਮੈਂ ਕਿਸੇ ਦੀ ਕੰਟਰੋਵਰਸੀ ਦਾ ਜਵਾਬ ਨਹੀਂ ਦਿੰਦਾ ਮਿਲੋ ਇਸ ਸੂਰਮੇ ਨੂੰ ਨਿਕਿਤਾ ਪੀਬੀ ਕੱਤੀ ਦਾ ਬਦਲਾ ਲੈਣਾ ਹੈ ਕਹਿੰਦਾ ਮੈਂ ਕਿਸੇ ਕੰਟਰੋਵਰਸੀ 'ਚ ਨਹੀਂ ਆਉਣਾ ਮੈਂ ਕਿਸੇ ਕੰਟਰੋਵਰਸੀ ਕਿਸੇ ਨਾਲ ਕਰਦਾ ਨਹੀਂ ਲੋਕੀ ਮੇਰੇ ਨਾਲ ਕਰਨਾ ਚਾਹੁੰਦੇ ਕਿਉਂਕਿ ਫੇਮਸ ਹੋ ਜਾਣਾ ਉਹ ਤੇ ਮਾਮਾ ਤੇਰੇ ਬਾਰੇ ਤਾਂ ਅਸੀਂ ਬੋਲੇ ਵੀ ਨਹੀਂ ਨਾ ਕੁਛ ਕਿਹਾ ਨਾ ਕੋਈ ਗੱਲਬਾਤ ਬਸ ਸੁੱਤਾ ਉੱਠਿਆ ਜਾ ਕੇ ਮੂੰਹ ਵੀਡੀਓ ਬਣਾਤੀ ਕਿ ਹਾਂ ਇਹ ਬੋਲੋ ਉਹ ਬੋਲੋ ਕੀ ਕੰਟਰੋਵਰਸੀ ਤੂੰ ਆਪ ਕ੍ਰੀਏਟ ਕਰ ਰਿਹਾ ਭਰਾ ਪਰ ਤੇਰੇ ਨਾਲ ਕੰਟਰੋਵਰਸੀ ਕਰਕੇ ਸਾਡਾ ਕੋਈ ਫਾਇਦਾ ਨਹੀਂ ਸਾਡਾ ਉਲਟਾ ਨੁਕਸਾਨ ਆ ਟਾਈਮ ਵੇਸਟ ਹੋਣ ਡਿਆ ਪਰ ਕੋਈ ਨਾ ਵੀਡੀਓ ਪਾ ਦੇ ਇਸੇ ਚੱਕਰ ਲੋਕੀ ਇੰਜੋਏ ਕਰਨਗੇ ਸੰਡੇ ਮਨਾਓ ਤੁਸੀਂ ਮਜ਼ੇ ਕਰੋ ਕਿਉਂਕਿ ਹਾਥੀ ਲੰਘਦਾ ਕਈ ਕੁੱਤੇ ਭੌਂਕਦੇ ਆ ਔਰ ਮੈਂ ਤੁਹਾਨੂੰ ਜਵਾਬ ਤਾਂ ਦੇ ਰਿਹਾ ਉਹ ਬਾਂਦਰਾਂ ਦੇ ਲੀਡਰ ਲੀਡਰ ਤਾਂ ਪਹਿਲੇ ਬਾਂਦਰ ਉਹ ਫੁੱਦੂ ਮਹਾਰਾਜ ਜੀ ਹੁਣ ਕਿਸੇ ਨੇ ਕਹਿਣਾ ਕਿ ਮਹਾਰਾਜ ਜੀ ਰੱਬ ਹੁੰਦੇ ਅਸੀਂ ਕੇਸ ਕਰ ਦੇਣਾ ਉਹ ਬਾਂਦਰਾਂ ਦੇ ਸਰਦਾਰ ਹੁਣ ਸਰਦਾਰ ਮੈਂ ਹੈੱਡ ਨੂੰ ਕਿਹਾ ਜਿਹੜਾ ਉਹ ਹੁੰਦਾ ਕੀ ਕਹਿੰਦੇ ਆ ਟੌਪ ਦਾ ਮੈਂਬਰ ਲੀਡਰ ਮਹਾਰਾਜ ਦਾ ਉਹ ਬਾਂਦਰਾ ਭੈਣ ਜੀ ਤੈਨੂੰ ਮੈਂ ਕਵਾਂ ਤੇ ਕਵਾਂ ਕੀ ਬਗੈਰਤਾ ਜਾਨਮਨ ਹਰਾਮ ਦੇ ਆ ਪਿਓਰ ਹਰਾਮ ਦੇ ਆ ਓਰੀਜਨਲ ਹਰਾਮ ਦੇ ਆਪ ਹੀ ਕਹੀ ਜਾਂਦਾ ਕਿ ਹਾਥੀ ਲੰਘਦਾ ਤੇ ਕਈ ਕੁੱਤੇ ਭੌਂਕਦੇ ਆ ਕਹਿੰਦਾ ਮੈਂ ਕਿਸੇ ਦਾ ਜਵਾਬ ਨਹੀਂ ਦਿੰਦਾ ਮੈਂ ਹਾਥੀ ਵਾਂਗੂ ਰਹਿਣਾ ਕਈ ਕੁੱਤੇ ਭੌਂਕਦੇ ਆ ਫੇ ਆਪ ਹੀ ਭੌਂਕਣ ਲੱਗ ਪਿਆ ਵੀਡੀਓ ਪਾਤੀ ਕੁੱਤਾ ਵੀ ਵੈ ਜੋ ਹਾਥੀ ਵਾਲਾ ਕੁੱਤਾ ਬਣ ਗਿਆ ਤੂੰ ਕੀ ਹੋ ਗਿਆ ਤੈਨੂੰ ਹਾਥੀ ਇਹ ਕੁੱਤਾ ਪਹਿਲਾਂ ਇਹ ਡਿਸਾਈਡ ਕਰ ਲੈ ਉਸ ਤੋਂ ਬਾਅਦ ਸਾਡੇ ਤੇ ਵੀਡੀਓ ਪਾ ਹਾਥੀ ਲੰਘਦਾ ਕਈ ਕੁੱਤੇ ਭੌਂਕਦੇ ਪਰ ਮੈਂ ਨਹੀਂ ਭੌਂਕਦਾ ਪਰ ਮੈਂ ਤਾਂ ਭੌਂਕਣ ਲੱਗਾ ਕਿਉਂਕਿ ਤੁਸੀਂ ਤੇਰੇ ਤੇ ਤਾਂ ਵੀਡੀਓ ਪਾਈ ਨਹੀਂ ਤੁਸੀਂ ਪੀਵੀਆਈ ਨੀਤਾ ਕੱਤੀ ਦਾ ਜੀਣਾ ਹਰਾਮ ਕਰ ਦਿੱਤਾ ਉਹ ਪੀਵੀਆਈ ਨੀਤਾ ਕੱਤੀ ਕੌਣ ਆ ਹੁਣ ਯਾਰ ਪਹਿਲਾਂ ਇਹ
ਕਿਉਂਕਿ ਉਹ ਇੱਕ ਤਾਂ ਜਾਲੀ ਭੈਣ ਨਕਲੀ ਭੈਣ ਬਣੀ ਫਿਰਦੀ ਸੀ ਉੱਤੋਂ ਉੱਥੇ ਜਾ ਕੇ ਕੈਮਰਾਮੈਨ ਅੱਗੇ ਦੱਸਦੀ ਫਿਰਦੀ ਕਿ ਮੈਨੂੰ ਬਹੁਤ ਦੁੱਖ ਹੈ। ਪਹਿਲੀ ਗੱਲ ਤਾਂ ਕੈਮਰਾਮੈਨ ਜਿਹੜੇ ਨਿਊਜ਼ ਰਿਪੋਰਟਰ ਉਹੀ ਪਾਗਲ ਆ ਯਾਰ, ਤੁਸੀਂ ਕਿਸੇ ਦੇ ਸੰਸਕਾਰ ਤੇ ਕੀ ਲੋਕਾਂ ਨੂੰ ਪੁੱਛਣੇ ਕਿ ਤੁਸੀਂ ਇੱਥੇ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ। ਹੱਦ ਆ ਫਿਰ ਜੇ ਤੁਹਾਨੂੰ ਕਹਿ ਦੀ ਕਿ ਹਾਂ ਤੁਹਾਡੀ ਏਰੀਆ ਅਸੀਂ ਪੁੱਛਾਂਗੇ, ਤੁਹਾਨੂੰ ਹਰਟ ਹੋਊਗਾ ਨਾ ਕਿ ਹਾਂ ਸਾਡੇ ਪੇਰੈਂਟਸ ਬਾਰੇ ਸਾਡੀ ਫੈਮਿਲੀ ਬਾਰੇ ਤਾਂ ਕਰਦੇ, ਕਿਉਂ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ। ਯਾਰ ਦਿਮਾਗ ਤੋਂ ਕੰਮ ਲਿਆ ਕਰੋ, ਬੱਚੇ ਨੂੰ ਪਤਾ ਹੁੰਦਾ ਕਿ ਹਾਂ ਅਗਰ ਕਿਸੇ ਦੇ ਘਰੇ ਡੈਥ ਹੋਈ ਤਾਂ ਸਾਰੇ ਸੈਡ ਹੁੰਦੇ ਆ, ਦੁਖੀ ਹੁੰਦੇ ਆ, ਕਿਸੇ ਕੋਲ ਖਾਣ ਜਾਂ ਟਾਈਮ ਨਹੀਂ, ਬੋਲਣ ਦਾ ਟਾਈਮ ਨਹੀਂ, ਸਮਝਣ ਦਾ ਟਾਈਮ ਨਹੀਂ ਹੁੰਦਾ ਉਦੋਂ ਕੀ ਚੱਲਦਾ ਕੀ ਨਹੀਂ। ਪਰ ਨਹੀਂ ਕਿਵੇਂ ਦਾ ਫੀਲ ਹੋ ਰਿਹਾ, ਮੂੰਹ 'ਚ ਮਾਈਕ ਦੇ ਮਹਾਂ ਮਾਰਾ ਮੂੰਹ 'ਚ ਰੱਖੇ ਤੇ ਉਹੀ ਤੁਹਾਡੀ ਭੈਣ ਨਿੱਕੀ ਤਾਂ ਬੀਬੀ ਕੱਤੀ ਜੀ ਉੱਥੇ ਜਾ ਕੇ ਹੱਸ ਰਹੇ ਸੀਗੇ, ਇੰਟਰਵਿਊ ਦਿੰਦੇ ਦਿੰਦੇ, ਇੰਟਰਵਿਊ ਨਹੀਂ ਹੈਗਾ ਉਹ ਕੀ ਹੁੰਦਾ ਜੋ ਵੀ ਹੁੰਦਾ, ਹੱਸ ਰਹੇ ਸੀ ਉੱਥੇ, ਹੱਸੇ ਤਾਂ ਹੱਸੇ ਸਾਰਿਆਂ ਨੇ ਦੇਖਿਆ ਨਾ ਹੱਸੇ। ਪਰ ਜਦੋਂ ਇਹਨਾਂ ਕੋਲ ਪੁੱਛਿਆ ਗਿਆ ਕਿ ਇਹ ਚੀਜ਼ ਕੀ ਆ, ਉਦੋਂ ਦੇਖੋ ਕੀ ਕਹਿੰਦੇ ਆ। ਫਿਰ ਐਡੀ ਕੁ ਕਮੀ ਕੱਢ ਦਿੱਤੀ ਕਿ ਹਾਂ ਉਹ ਹੱਸ ਕਿਉਂ ਪਈ, ਵੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹ ਕਿਉਂ ਹੱਸੀ, ਕੋਈ ਕਾਰਨ ਕੀ ਹੋਵੇਗਾ, ਮੈਨੂੰ ਬਹੁਤ ਜਣਿਆਂ ਨੇ ਪੁੱਛਿਆ। ਸੋਚਿਆ ਜਮਾ ਸੋਚਿਆ ਕਿ ਇਹ ਇੰਨੀ ਬੇਗੈਰਤ ਹੋ ਗਈ ਆ ਕਿ ਹਾਂ ਉੱਥੇ ਜਾ ਕੇ ਹੱਸਦੀ ਕਿਉਂ ਪਈ ਆ। ਚਲੋ ਤੁਸੀਂ ਦੱਸ ਦਿਓ ਕਿਉਂ ਹੱਸੇ ਸੀ। ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਉਸ ਟਾਈਮ 'ਤੇ ਬਹੁਤ ਮਤਲਬ ਮੈਨੂੰ ਮੈਂ ਕਦੀ ਇੰਨੇ ਲੋਕਾਂ ਵਿੱਚ ਇੰਟਰਵਿਊ ਨਹੀਂ ਕੀਤੀ ਹੈਗੀ, ਸੋ ਮੇਰੀ ਜਿੱਦਾਂ ਇੰਟਰਵਿਊ ਹੋ ਰਹੀ ਮੈਂ ਬਹੁਤ ਪਰੇਸ਼ਾਨ ਸੀ, ਐਂਡ ਤੁਸੀਂ ਮੰਗੇ ਹਿਚਕੀ ਆਈ ਨਾ, ਤਾਂ ਮੈਂ ਜਦੋਂ ਰੋਣੀ ਹਾਂ ਲੋਕਾਂ ਨੂੰ ਲੱਗਦਾ ਕਿ ਮੈਂ ਹੱਸਦੀ ਹਾਂ। ਕੀ ਕਹਾਂ ਮੈਂ ਹੁਣ, ਮੈਂ ਬੋਲਦੀ ਸੀ, ਨਰਵਸ ਹੋ ਗਈ ਸੀ, ਲੋਕਾਂ 'ਚ ਹਿਚਕੀ ਆਈ, ਲੋਕਾਂ ਨੂੰ ਲੱਗਦਾ ਮੈਂ ਰੋਂਦੀ ਪਰ ਮੈਂ ਹੱਸਦੀ ਨਹੀਂ, ਮੈਂ ਰੋਣੀ ਨਹੀਂ ਪਰ ਲੋਕੀ ਲੱਗਦਾ ਕਿ ਮੈਂ ਹੱਸ, ਕੋਈ ਮਤਲਬ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਹੈਲੋ ਮੇਰਾ ਨਾਮ ਕਰਨ ਆ, ਹੱਸਿਆ ਨਹੀਂ, ਮੇਰਾ ਨਾਮ ਕਰਨ ਆ, ਜੋਕਰ ਲੱਗਣ ਡਿਆ ਮੈਨੂੰ, ਏਦਾਂ ਨਹੀਂ ਕੌਣ ਰੋਂਦਾ ਏਦਾਂ ਯਾਰ, ਹੱਸਦੇ ਹੱਸਦੇ ਕੌਣ ਰੋਂਦਾ, ਰੋਂਦੇ ਰੋਂਦੇ ਹੱਸਦਾ, ਤੁਸੀਂ ਇੱਦਾਂ ਬਣਾਉਂਦੇ ਬੱਡੇ ਹੈਪੀ ਬਰਥਡੇ, ਕੀ ਪਤਾ ਲੱਗੋ ਰੋਂਦੇ ਕਿ ਹੱਸਦੇ, ਕਿ ਦੁਖੀ ਆ ਕਿ ਖੁਸ਼ ਆ, ਕੀ ਕਰਦੇ ਆ ਤੁਸੀਂ। ਯਾਰ ਛੱਡੋ ਨਿਕਿਤਾ ਬੀਬੀ ਕੱਤੀ ਨੂੰ ਨਾ ਇਗਨੋਰ ਕਰ ਦਿਓ, ਇਹ ਬੱਚੀ ਹੈ, ਇਹ ਆਪ ਨਹੀਂ ਕਰਦੀ, ਇਹਦੇ ਘਰ ਦੇ ਵੀ ਨਹੀਂ ਕਹਿ ਸਕਦੇ, ਭਰਾ ਰਾਈਟਰ ਜਿਹਾ ਬਣਿਆ, ਜੇ ਇਹਦੀ ਤੀਨ ਦੇ ਬੰਦੇ ਕੋਈ ਕੰਮ ਕਰਾਉਂਦੇ ਆ, ਅਤੇ ਇਹ ਜੇ ਸਾਡੀ ਵੀਡੀਓ ਦੇਖਦੇ ਆ ਤਾਂ ਅਸੀਂ ਜਾਂ ਕੁਛ ਹੋਰ ਵੀ ਆ, ਇਹਦੀ ਵੀਡੀਓ ਦੇਖਦੇ, ਕਮੈਂਟਾਂ ਦੀ ਗੱਲ ਕਮੈਂਟ ਤੱਕ ਰੱਖੋ, ਗਾਲ ਨਾ ਕੱਢੋ ਉਹਨੂੰ ਵੀ, ਅਗਰ ਕਿਤੇ ਬਾਹਰ ਅੰਦਰ ਜਾਂਦੀ ਆ ਉਹਨੂੰ ਕੋਈ ਬਦਤਮੀਜ਼ੀ ਜਾਂ ਕੁਛ ਇੱਦਾਂ ਨਾ ਕਰੋ, ਬਾਕੀ ਝੂਠੇ ਦਾ ਐਲੀਗੇਸ਼ਨ ਬਹੁਤ ਆ ਜਾਣੇ, ਕਹਿੰਦੀ ਮੇਰੇ ਤੋਂ ਤੇਜ਼ਾਬ ਸੁੱਟਣਾ ਚਾਹੁੰਦੇ ਲੋਕ, ਹੋ ਸਲਫਾਸ ਖਾਈ ਜਾਂਦਾ ਤੁਹਾਡੇ ਉੱਤੇ, ਯੋਧਾ ਜਿਹੜਾ ਹੈਗਾ ਦੀਪ ਠਹਿਰੂ, ਤੁਸੀਂ ਉਹ ਭਰਾਵਾ ਗੁਰਦਾਸਪੁਰ ਵਾਲਿਓ ਮੇਰੇ ਭਰਾਵੋ, ਯਾਰ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਯਾਰ, ਸਾਡੇ ਆਪਣੇ ਰਿਸ਼ਤੇਦਾਰ ਰਹਿੰਦੇ ਉੱਥੇ, ਪਰ ਗੁਰਦਾਸਪੁਰ ਵਾਲਿਓ ਯਾਰ ਕਮਾਲ ਦੀਆਂ ਚੀਜ਼ਾਂ ਰੱਖਿਆ ਤੁਸੀਂ ਯਾਰ, ਲਵ ਯੂ ਆ ਤੁਹਾਨੂੰ। ਔਰ ਕਰਨ ਦੱਤੇ ਨੂੰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਬੰਦਾ ਬਣ ਜਾ, ਬੰਦਾ ਬਣ ਜਾ, ਅਤੇ ਮੈਂ ਤੁਹਾਨੂੰ ਦੱਸ ਦਿੱਤਾ। ਕਿਉਂ ਦੱਸਿਆ ਮੈਨੂੰ, ਬੰਦਾ ਬਣ ਜਾ, ਬੰਦਾ ਬਣ ਜਾ, ਬੰਦਾ ਬਣ ਜਾ, ਬੰਦਾ ਬਣ ਜਾ ਲੱਗਿਆ ਗਾ, ਤੂੰ ਜਨਾਨੀ ਬਣ ਜਾ, ਮੈਂ ਤੈਨੂੰ ਕਿਹਾ ਪਹਿਲਾਂ ਵੀ, ਤੂੰ ਸੁਹਾਗਰਾ ਤੂੰ ਨਾ ਕੇ ਜਾਏਗਾ ਮੇਰੇ ਤੋਂ, ਬੰਦਾ ਬਣ ਜਾ, ਵੱਡਾ ਗੈਰੀ ਸੰਧੂ ਦਾ ਮੁੰਡਾ ਬਣਿਆ ਫਿਰ ਤੂੰ, ਵੀ ਬੰਦਾ ਬਣ ਜਾ, ਬੰਦਾ ਬਣ ਜਾ, ਤੂੰ ਬੰਦਾ ਬਣ ਜਾ, ਵੀ ਬੰਦਾ ਬਣ ਜਾ, ਬੰਦਾ ਬਣ ਜਾ। ਛੱਡੋ ਇਹਨਾਂ ਦੇ ਹੋਰ ਵੀਡੀਓ ਬਣਾ ਦਾ ਕੋਈ ਫਾਇਦਾ ਨਹੀਂ ਹੈਗਾ, ਅੱਜ ਦੀ ਵੀਡੀਓ ਇੰਨੀ ਸੀ, ਜੇ ਵਧੀਆ ਲੱਗੀ ਤਾਂ ਲਾਈਕ ਇਵੇਂ ਰੱਖਦਾ ਕਿ 7000 ਲਾਈਕਸ, ਅਗਰ ਵੀਡੀਓ ਪਸੰਦ ਆਈ ਤਾਂ ਕਰਿਓ, ਅਤੇ ਬਾਕੀ ਜਿਹੜੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ, ਕਿਉਂਕਿ ਵੀਡੀਓ ਸਾਰੇ ਦੇਖਦੇ ਪਰ ਸਬਸਕ੍ਰਾਈਬ ਸਾਰੇ ਨਹੀਂ ਕਰਦੇ, ਸੋ ਜਾ ਕੇ ਸਬਸਕ੍ਰਾਈਬ ਕਰਿਓ, ਕੁਛ ਨਹੀਂ ਆ ਫ੍ਰੀ ਹੈ, ਜਿੱਥੇ ਮਰਜ਼ੀ ਮੇਰੀ ਫੋਟੋ ਆਈ ਫੋਟੋ 'ਤੇ ਟੈਪ ਕਰਕੇ ਸਬਸਕ੍ਰਾਈਬ ਕਰ ਸਕਦੇ ਆ, ਐਂਡ ਥੈਂਕ ਯੂ ਸੋ ਮੱਚ ਫੋਰ ਸਪੋਰਟਿੰਗ ਮੀ ਐਂਡ ਮਾਈ ਚੈਨਲ, ਇੱਦਾਂ ਹੀ ਹੋਰ ਵੀਡੀਓਜ਼ ਆਉਂਦੀਆਂ ਰਹੂੰਗੀਆਂ, ਹੁਣ ਦੇ ਲਈ ਲਵ ਯੂ, ਟਾਟਾ, ਬਾਏ ਬਾਏ, ਇੰਜੋਏ ਯੋਰ ਸੰਡੇ, ਅਤੇ ਕੀ ਕਹਿਣਾ ਸੀ, ਹਾਂ ਇੱਕ ਫੋਟੋ ਦਿਖਾਉਣੀ ਸੀਗੀ, ਓਪਨ ਚੈਲੰਜ ਆ ਗਿਆ, ਬਣਾਉਂਦੇ ਸੁਹਾਗਰਾਤ।